ਮੈਂ ਸਰਦਾਰ ਹਾਕਮ ਸਿੰਘ ਉਹਨਾਂ ਦੇ ਪੋਤ ਨੂੰ ਐ ਜੋ ਬਠਿੰਡਾ ਤੋਂ ਐਮਪੀ ਸੀਗੇ ਉਹਨਾਂ ਨੂੰ ਚਾਹ ਟਰੋਰਿਸਟ ਦੁਆਰਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਸੀਂ ਆਪਣੀ ਪਾਰਟੀ ਦੇ ਲਈ ਖੂਨ ਦਿੱਤਾ ਹੈ ਔਰ ਅਸੀਂ ਪੰਜਾਬ ਪਿਛਲੇ 50 ਸਾਲਾਂ ਤੋਂ ਅਸੀਂ ਇਸ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਔਰ ਇਸੇ ਤਰ੍ਹਾਂ ਸੇਵਾ ਕਰ ਰਹੇ ਹਾਂ ਔਰ ਅੱਜ ਜੋ ਪਾਰਟੀ ਨੇ ਸਾਨੂੰ ਮਾਨ ਬਖਸ਼ਿਆ ਮੈਂ ਉਹਦਾ ਬਹੁਤ ਹੀ ਬਹੁਤ ਧੰਨਵਾਦ ਕਰਦੀ ਹਾਂ ਸਪੈਸ਼ਲੀ ਮੈਂ ਪ੍ਰਿੰਕਾ ਮ ਬਹੁਤ ਹੀ ਮੇਰੇ ਸਹਿਕਾਰਯੋਗ ਮੈਮ ਪ੍ਰਿੰਕਾ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਦੀ ਜੋ ਇਸ ਟਾਈਮ ਬਹੁਤ ਜ਼ਿਆਦਾ ਇਨਫਲੂਐਂਸ ਹੈ ਕਿ ਲੇਡੀਆਂ ਨੂੰ ਪ੍ਰਾਇੋਰਟੀ ਦੇਣ ਦਾ ਉੱਥੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਮੈਨੂੰ ਲੱਗਦਾ ਹੈ ਕਿ ਬਲਾਡਾ ਦੇ ਵਿੱਚ ਓਵਰਆਲ ਡਿਵੈਲਪਮੈਂਟ ਦੀ ਲੋੜ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬਲਾਡਾ ਦੇ ਵਿੱਚ ਹਰ ਜਗ੍ਹਾ ਤੇ ਹੀ ਡਿਵੈਲਪਮੈਂਟ ਚਾਹੀਦੀ ਹੈ ਬਲਾਡਾ ਨੂੰ ਹੁਣ ਬੈਕਵਰਡ ਏਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਤੇ ਡੈਫੀਨਿਟਲੀ ਮੈਂ ਇੱਥੇ ਓਵਰਆਲ ਡ ਮੈਨੂੰ ਲੱਗਦਾ ਹੈ ਕਿ ਕਾਂਗਰਸ ਸਾਡੀ ਇੱਕ ਪਰਿਵਾਰ ਦੀ ਤਰ੍ਹਾਂ ਹੈ ਫੈਮਲੀ ਹੈ ਔਰ ਫਾਦਰ ਕਦੇ ਵੀ ਗਲਤ ਨਹੀਂ ਹੁੰਦੇ ਫਾਦਰ ਨੂੰ ਪਤਾ ਹੁੰਦਾ ਹੈ ਕਿ ਕਿਸ ਬੱਚੇ ਨੂੰ ਕਿਸ ਜਗ੍ਹਾ ਤੇ ਕਿਵੇਂ ਸੈਟਲ ਕਰਨਾ ਹੈ ਉਹਨੂੰ ਆਪਣੇ ਬੱਚੇ ਇੱਕੋ ਤਰ੍ਹਾਂ ਦੇ ਹੁੰਦੇ ਨੇ ਤਾਂ ਕਾਂਗਰਸ ਦੀ ਤਰ੍ਹਾਂ ਮਤਲਬ ਐਟ ਲਾਸਟ ਸਭ ਕੁਝ ਠੀਕ ਹੋ ਜਾਏਗਾ ਨਾਰਮਲ ਘਰਾਂ ਦੇ ਵਿੱਚ ਵੀ ਗੱਲਾਂ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਇਟਸ ਕੋਈ ਵੱਡਾ ਇਸ਼ੂ ਨਹੀਂ ਹੈ ਔਰ ਅਸੀਂ ਸਭ ਮਿਲ ਕੇ ਕੰਮ ਕਰਾਂਗੇ